देसी पंजाब मेरा देसी पंजाब, देसी पंजाब मेरा देसी पंजाब, देसी की जिन्ना जी रज रज पी है पूरा लाजवाब, देसी पंजाब मेरा देसी पंजाब, देसी पंजाब मेरा देसी पंजाब। सत श्री अकाल, आदाब, नमस्कार। गुरनाम सिद्धू एक बार फिर हाजिर है प्रोग्राम लैके देसी पंजाब। तो अज असी पहुंचे हैं हलका बसी पठाना का पिंड है जी भड़ी। आओ फिर भड़ी के लोगों नाल करिए गल। आज देसी पंजाब मेरा देसी पंजाब, पंजाब। भाई सत श्री अकाल, ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ ਜੀ। ਸਰਪੰਚ ਸਾਹਿਬ ਨੇ ਜੀ? ਅੱਛਾ, ਸਰਪੰਚ ਸਾਹਿਬ ਪਿੰਡ ਦੇ? ਹਾਂਜੀ ਹਾਂਜੀ। ਕੀ ਆਵਾਂ ਪਿੰਡ ਤੋਂ? ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ। ਹਾਏ ਹਾਏ, ਆਪ ਚ ਤਰੀਫਾਂ ਕਰਦੇ ਨੇ? ਸੱਚੀ ਗੱਲ ਹੈ ਸਰਪੰਚ ਜੀ ਨੇ? ਮੈਂ ਕਿਹਾ ਦੇਖ ਕੇ ਸਮਝਾਇਆ ਹੋਵੇ, ਤੂੰ ਮੇਰੀ ਤਰੀਫ ਕਰੀ, ਮੈਂ ਤਾਰੀਫ ਕਰੂੰਗਾ। ਕਿੰਨੀ ਉਮਰ ਕਿੰਨੀ ਸਰਪੰਚ ਸਾਹਿਬ? 33 ਸਾਲ ਆ ਜੀ। 33 ਸਾਲ, ਜਾਣੀ ਕਿ ਮੇਰੇ ਤੋਂ 10 ਸਾਲ ਵੱਡੇ ਹੋ। ਫਿਰ ਤਾਂ ਮਤਲਬ ਮੈਂ 10 ਸਾਲਾਂ ਸਰਪੰਚ ਬਣ ਸਕਦਾ ਨਾ? ਛੋਟਾ ਹੋ ਸਕਦਾ 10 ਸਾਲ? ਨਹੀਂ ਨਹੀਂ, ਨਹੀਂ ਭਾਜੀ, ਮੇਰੀ ਸੱਚੀ ਗੱਲ ਆ, ਮੈਂ 23 ਸਾਲ ਮੰਨਦਾ ਹੀ ਕੋਈ ਨਹੀਂ। ਇਹ ਤਾਂ ਕੰਮ ਕਰ ਕਰਕੇ ਨਾ ਥੋੜ੍ਹਾ ਜਿਹਾ ਲੱਗਦਾ, ਮੈਂ 24 ਸਾਲ ਦਾ ਹੋ ਗਿਆ, ਵੈਸੇ ਮੈਂ 23 ਸਾਲ ਦਾ। ਠੀਕ ਆ ਜੀ, ਠੀਕ ਆ। ਇਹ ਜ਼ਿਲ੍ਹਾ ਪਰਿਸ਼ਦ ਤੁਸੀਂ? ਹਾਂਜੀ ਹਾਂ, ਜ਼ਿਲ੍ਹਾ ਪਰਿਸ਼ਦ। ਹਾਂਜੀ, ਮੇਰੀ 45 ਸਾਲ ਦੀ ਉਮਰ ਹੈ। 45 ਸਾਲ? ਹਾਂਜੀ ਹਾਂ। ਤੁਸੀਂ ਤਾਂ ਮੇਰੇ ਤੋਂ ਬਹੁਤ ਵੱਡੇ ਹੋ ਫਿਰ। ਅੱਛਾ, ਇਹ ਯੰਗ ਨੇ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ? ਯੰਗ ਜਨ ਹੈ ਨਾ? ਹੈਂ? ਹਾਂਜੀ। ਕਿ ਚੁਣ ਚੁਣ ਕੇ ਬਣਾਏ? ਮੇਰੀ ਵੀ ਜਦੋਂ ਬਣਿਆ ਸਰਪੰਚ ਬਣਿਆ ਸੀ ਉਦੋਂ। ਤੁਸੀਂ ਪਹਿਲੇ ਸਰਪੰਚ ਰਹੇ? ਸਰਪੰਚ ਬਣੇ ਸਾਬਕਾ। ਅੱਛਾ, ਦੋਨੋਂ ਸਰਪੰਚ ਬਣਿਆ ਸੀਗਾ, ਮਤਲਬ ਮੌਜੂਦਾ ਤੇ ਸਾਬਕਾ? ਹਾਂਜੀ ਹਾਂ, ਇਕੱਠੇ ਖੜੇ। ਹਾਂਜੀ, ਸਾਡੇ ਤਾਇਆ ਜੀ ਘਰ ਤੋਂ ਸੀਗੇ। ਅੱਛਾ, ਹਾਂਜੀ, ਇਹ ਵੀ ਸਾਬਕਾ? ਤਿੰਨ ਸਰਪੰਚਾਂ ਨਾਲ ਇਕੱਠੇ ਮਿਲ? ਮਿਸਿਸ ਸਾਬਕਾ ਜੀ, ਮੈਂ ਸਾਬਕਾ। ਅੱਛਾ, ਤੁਸੀਂ ਮਿਸਿਸ ਸਾਬਕਾ। ਕੀ ਅੱਜ ਕੱਲ ਦੇ ਮੁੰਡੇ ਦੀ ਮੈਂ ਗੱਲ ਕਰਨੀ, ਅੱਜ ਕੱਲ ਦੇ ਮੁੰਡੇ ਡਰਦੇ ਬੜੇ ਆਪਦੀ ਘਰ ਵਾਲੀਆਂ ਤੇ ਜਨਾ ਜੀ। ਤੁਸੀਂ ਤਾਂ ਡਰਦੇ ਨੇ? ਮੈਂ ਤਾਂ ਡਰਦਾ ਕੋਹਾ ਨਹੀਂ, ਮੈਂ ਡਰਦਾ ਨਹੀਂ, ਮੈਂ ਸਰਕਾਰਚਾਰੀ ਰਿਹਾ ਉਹ ਬੇਲੀ ਦੀ। ਅੱਛਾ, ਉਹ ਵੇਲ ਇਸ ਕਰਕੇ ਜਿਹੜਾ ਬੰਦਾ ਮਤਲਬ ਜੌਬ ਲੱਗਾ ਉਹ ਡਰਦਾ ਨਹੀਂ? ਮੈਂ ਕਿਹਾ ਡਰ। ਅੱਛਾ, ਤੇ ਨਾਲੇ ਉਹ ਸਰਪੰਚ ਰਹੇ ਆ ਉਸ ਪਰ? ਉਦੋਂ ਡਰਦੇ ਸੀ? ਨਾ ਉਦੋਂ ਡਰਦੇ। ਅੱਛਾ, ਆ ਵੇਲੇ ਇੱਕ ਤਾਂ ਫੜਿਆ ਗਏ, ਡਰਦੇ ਹੋ ਨਾ? ਰੋਟੀ ਵੀ ਤਾਂ ਖਾਣੀ ਆ ਬੰਦੇ ਨੇ ਘਰੇ, ਰੋਟੀ ਇੱਕ ਮਾਲ ਹੋ ਗਈ, ਜੇ ਰੋਟੀ ਮਤਲਬ ਡਰੋਗੇ ਤਾਂ ਮਿਲੂਗੀ, ਮਾੜਾ ਮੋਟਾ ਮੰਨਣਾ ਹੀ ਪੈਂਦਾ। ਅੱਛਾ, ਰੋਟੀ ਵੀ ਖਾਣੀ ਆ, ਹੋਰ ਵੀ ਕੰਮ ਕਰਾਉਣੇ ਆ। ਨਹੀਂ, ਤੁਸੀਂ ਤਾਂ ਸਰਪੰਚ ਰਹੋ, ਤੁਹਾਨੂੰ ਤਾਂ ਕਈ ਬੰਦੇ ਆਏ ਗਏ, ਚਾਹ ਵੀ ਬਣਾਉਣੀ ਸਾਰੀ ਦਿਨ, ਉਹੀ ਤਾਂ ਤੁਹਾਨੂੰ ਜ਼ਿਆਦੀਆਂ ਗਾਲਾਂ ਪੈਂਦੀਆਂ। ਪਤੀਲਾ ਧਰਿਆ ਹੀ ਰਹਿੰਦਾ ਤੁਹਾਨੂੰ, ਕਿਉਂਕਿ ਆਹ 3-4 ਸਰਪੰਚ ਬੈਠੇ ਆ ਇੱਥੇ ਖੜੇ ਹੋਏ, ਤੇ ਤੁਹਾਨੂੰ ਜ਼ਿਆਦਾ ਤਜਰਬਾ ਹੋਣਾ ਵੀ ਕਿੰਨੀਆਂ ਗਾਲਾਂ ਪੈਂਦੀਆਂ। ਕਿਉਂ ਬਾਈ ਜੀ? ਹਾਂਜੀ, ਬਹੁਤ ਪੈਂਦੀ, ਬਹੁਤ ਪੈਂਦੀ, ਦੁੱਖ ਦੀ ਰੱਖ ਤੇ ਹੱਥ ਰੱਖਦਾ, ਇੱਧਰ ਤਾਂ ਆਓ ਨਾ, ਚੰਗੀਆਂ ਪੈਂਦੀਆਂ ਨੇ? ਹਾਂਜੀ, ਪੂਰੀਆਂ ਪੈਂਦੀਆਂ ਜੀ। ਤੇ ਕੋਈ ਮਤਲਬ ਅਸਰ ਉਸਰ? ਅਸਰ ਉਸਰ ਤਾਂ ਕੋਈ ਨਹੀਂ, ਠੀਕ ਹੈ ਪੱਖੇ ਠੀਕ। ਲੈ ਵੀ ਇੱਕ ਇੱਧਰ ਬਾਈ ਖੜੇ ਆ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਆ ਜੀ? ਇਹ ਵੀ ਸਾਬਕਾ ਪੰਚ, ਰਮੀਤ ਸਿੰਘ ਗੀਤਕਾਰ, ਸਾਬਕਾ ਪੰਚ। ਅੱਛਾ, ਗੀਤਕਾਰ, ਗਾਣੇ ਲਿਖਦੇ ਹੋ? ਕਿਆ ਬਾਤ, ਤੁਹਾਡੇ ਗਾਣੇ ਆਏ? ਮੇਰੇ 22-23 ਗੀਤ ਆਏ ਮਾਰਕੀਟ। 22-23 ਗਾਣੇ, ਕਿਆ ਬਾਤ! ਅੱਛਾ ਜੀ, ਵਧੀਆ ਕਲਾਕਾਰ ਨੇ ਗਾਏ, ਸਭ ਚੀਮਾ ਜੀ ਨੇ ਗਾਏ ਨੇ, ਸਭ ਜੀ ਚੀਮਾ ਜੀ ਨੇ? ਹਾਂਜੀ, ਹੋਰ ਕਾਫੀ ਕਲਾਕਾਰ ਗਾਏ। ਅੱਛਾ ਅੱਛਾ, ਅਤੇ ਤੁਸੀਂ ਮਤਲਬ ਗਾਣੇ ਚਲੋ ਲਿਖਦੇ ਹੋ, ਬਹੁਤ ਸੋਹਣੇ, ਤੁਹਾਡੀ ਵਧੀਆ ਗੱਲ ਆ, ਕਿਸੇ ਕਿਸੇ ਨੂੰ ਇਹ ਹੁੰਦੀਆਂ ਨੇ, ਅਤੇ ਘਰ ਵਾਲੀ ਤੋਂ? ਇਹ ਘਰ ਵਾਲੀ ਤਾਂ ਮੇਰੇ ਤੋਂ ਡਰਦੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਵਧੀਆ ਜੀ, ਵਧੀਆ। ਕਿਵੇਂ ਮਤਲਬ ਧੁੱਪ ਧੁੱਪ ਸੇਕ ਰਹੇ? ਨਾ ਧੁੱਪ ਤਾਂ ਨਹੀਂ, ਵੈਸੇ ਹੀ ਖੜੇ। ਕੀ ਸੇਕ ਰਹੇ ਫਿਰ? ਮੈਸਾਂ ਨਹੀਂ ਰੱਖ ਰਹੇ, ਮੈਸਾਂ ਤੇ ਨਿਗਾ ਰੱਖ ਰਹੇ ਹਾਂ। ਅੱਛਾ, ਇੰਨੇ ਬੰਦੇ ਤੇ ਮੱਝਾਂ, ਮੈਨੂੰ ਲੱਗਦਾ 3-4 ਹੀ ਨੇ, ਹੈ ਨਾ? 3? ਹਾਂਜੀ ਹਾਂ, ਜਿਹੜਾ ਮਰਜ਼ੀ ਦੁੱਧ, ਜਿਹੜਾ ਮਰਜ਼ੀ, ਜਦੋਂ ਮਰਜ਼ੀ ਆ ਕੇ ਪੀ ਜਾਏ। ਸਾਰੇ ਖਿਡਾਰੀ ਇਹਨਾਂ ਦੇ ਇਕੱਠਿਆਂ ਨੇ ਪੀਣਾ ਦੁੱਧ। ਅੱਛਾ, ਇਹ ਪਿੰਡਾਂ ਪੰਜਾਬ ਨੇ ਤਾਂ ਰੱਖੇ ਦਿੱਤੀਆਂ? ਹਾਂ ਜੀ। ਹੈਂ? ਅੱਛਾ, ਐਵੇਂ ਸ਼ਕਲ ਤੋਂ ਲੱਗਦਾ ਝੂਠ ਮਾਰੀ ਜਾਂਦਾ, ਸੱਚ ਬੋਲ ਰਿਹਾ। ਪਤਾ ਹੀ ਲੱਗ ਜਾਂਦਾ ਬੰਦਾ ਜਿਹੜਾ ਝੂਠ ਵਾਲਾ ਹੁੰਦਾ ਨਾ, ਫੜਿਆ ਜਾਂਦਾ ਨਾ। ਨਾ ਨਾ, ਉਹ ਮੈਨੂੰ ਪਤਾ ਪਿੰਡ ਦਾ ਅਗਵਾਈ ਤਾਂ ਭਰੂੰਗਾ ਜੀ। ਕਿਉਂ ਵੀ? ਕਿਵੇਂ ਆ? ਅਜੇ ਦੁੱਧ ਪੀਂਦੇ ਹੁੰਦੇ ਨਾ, ਵੇਖ ਆਹ ਵੇਖ ਲਾ ਕਿੱਡਾ ਭਲਵਾਨ, ਤੇ ਆਹ ਵੇਖ ਲਓ, ਇਹ ਸਾਰੇ ਨਾ ਪੰਚਾਇਤੀ ਮੱਝਾਂ ਦਾ ਦੁੱਧ ਪੀਂਦੇ ਆ। ਸਤਿ ਸ਼੍ਰੀ ਅਕਾਲ ਜੀ, ਸਾਰੀਆਂ ਬੀਬੀਆਂ ਕਿਵੇਂ ਇਕੱਠੀਆਂ ਹੋਈ ਚੁਗਲੀਆਂ ਚੁਗਲੀਆਂ ਨੂੰ? ਹਾਂਜੀ,
ਚੁਗਲੀਆਂ ਵੀ ਕਰਨ ਵਾਸਤੇ ਆਣਾ ਨੋਟ ਕੀਤਾ ਜਾਵੇ ਚੁਗਲੀਆਂ ਵੀ ਕਰਨ ਵਾਸਤੇ ਹੁੰਦੀਆਂ ਨੇ ਕਿਉਂ ਬੇਬੇ ਆਈ ਆ ਜੀ ਹਾਂਜੀ ਦਿਹਾੜੀ ਚ ਕਿੰਨੀਆਂ ਚੁਗਲੀਆਂ ਕਰ ਨਾ ਜੀ ਅਸੀਂ ਨਹੀਂ ਕਰਦੇ ਕਿਸੇ ਦੀ ਉਹ ਤਾਂ ਬੇਬੇ ਉੱਠ ਗਈ ਪਹਿਲਾਂ ਨਹੀਂ ਕੁਛ ਕਹਿੰਦਾ ਨੌ ਬਾਰੇ ਨਹੀਂ ਪੁੱਛਦਾ ਕਿੰਨੀਆਂ ਚੁਗਲੀਆਂ ਕਰਦੀਆਂ ਨੂੰਹਾਂ ਦੀਆਂ ਜ਼ਿਆਦੀਆਂ ਕਰਦੀਆਂ ਨਾ ਨਹੀਂ ਜੀ ਕਰਦੇ ਨੇ ਨਾ ਬੋਲੋ ਬੰਦੇ ਜਨਾਨੀਆਂ ਨੂੰ ਕੁਛ ਵੀ ਕਹਿ ਦੇਣ ਜਨਾਨੀਆਂ ਮੂਹਰੇ ਤੇ ਬੋਲਣ ਅੱਛਾ ਹਾਂ ਬੇਬੇ ਤੁਸੀਂ ਚੁੰਨੀ ਨਾਲ ਮੂੰਹ ਕੇ ਟੱਕਿਆ ਮੈਨੂੰ ਪਹਿਲਾਂ ਦੱਸੋ ਮੈਂ ਤਾਂ ਵੈਸੇ ਹੀ ਢਕਿਆ ਭਾਈ ਮੈਂ ਕਿਹਾ ਮੇਰੇ ਮੁੰਡੇ ਤੇ ਸ਼ਰਮ ਖਾਈ ਜਾਣ ਕਦੇ ਅਸੀਂ ਤਾਂ ਪੁੱਤਰਾਂ ਤੁਹਾਡੇ ਨਾ ਕੋਈ ਗੱਲ ਨਹੀਂ ਇਹੋ ਜਿਹੇ ਤਾਂ ਮੇਰੇ ਹੈਗੇ ਨੇ ਦੋ ਹਾਂ ਤੇ ਇੱਕ ਮੈਂ ਹੋ ਗਿਆ ਤਿੰਨ ਹੋ ਗਏ ਨਾ ਹਾਂ ਤਿੰਨ ਹੋ ਗਏ ਹਾਂ ਤੇ ਕੱਢੋ ਫਿਰ ਮੈਨੂੰ ਆ ਜਾਣਾ 200 ਰੁਪਈਆ ਜੇ ਤਾਂ ਮੈਂ ਸ਼ਹਿਰ ਜਾਣਾ 200 ਰੁਪਈਆ ਐਂ ਪੁੱਤਰ ਬਣਾਉਣਾ ਸੌਖਾ ਪੈਸੇ ਨਹੀਂ ਦੇਣੇ ਨਹੀਂ ਹੈਗੇ ਨੇ ਪੈਸੇ ਹਾਂ ਤਾਂ ਫਿਰ ਦਿਓ ਜੇ ਉਹਨਾਂ ਨੂੰ ਦੋ ਨੂੰ ਦੇਣੇ ਮੈਨੂੰ ਦਿਓ ਤੈਨੂੰ ਵੀ ਦੇ ਦਾਂਗੇ ਲਿਆ ਫਿਰ 200 ਰੁਪਈਆ ਮੈਂ ਸ਼ਹਿਰ ਜਾਣਾ ਨਹੀਂ ਤੂੰ ਮੇਰੀ ਗੱਲ ਸੁਣ ਤੁਸੀਂ ਪਹਿਲਾਂ ਦੱਸ ਦੇ ਮੈਂ 400 ਲਿਆਉਂਦੀ ਨਹੀਂ ਮੈਨੂੰ 200 ਹੀ ਦੇ ਦਿਓ ਮੈਂ ਨਹੀਂ 400 ਲੈਂਦਾ 200 ਹੀ ਦੇ ਦਿਓ ਹੈ ਹਾਂ ਕੋਈ ਨਾ ਕੋਈ ਨਾ ਕੋਈ ਨਾ ਪੁੱਤ ਬਣਾਉਣਾ ਸੌਖਾ ਮਾਤਾ ਅਜੇ ਮੇਰੀ ਉਮਰ ਨਾ ਖੇਡਣ ਵਾਲੀ ਹੈ ਪੈਸਿਆਂ ਦੀ ਕਮਾਉਣ ਵਾਲੀ ਨਹੀਂ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਕਿਵੇਂ ਹੋ ਠੀਕ ਹੈ ਜੀ ਕਿਵੇਂ ਸਾਰਾ ਟੱਬਰ ਹੀ ਬਾਹਰ ਨਿਕਲੇ ਫਿਰਦੇ ਹੋ ਫਿਰ ਕੱਚੇ ਮਕਾਨ ਹੁੰਦੇ ਨੇ ਫਿਰ ਕੱਚਿਆਂ 'ਚ ਬਾਹਰ ਹੀ ਆਉਣਾ ਅੱਛਾ ਕੱਚੇ ਕਿਉਂ ਮੀਂਹ ਪੈਂਦਾ ਪਿਆ ਤੈਨੂੰ ਦਿਖਦਾ ਨਹੀਂ ਇੰਨੀ ਬਾਰਿਸ਼ ਪੈ ਰਹੀ ਆ ਅੱਛਾ ਬਾਰਿਸ਼ ਪੈ ਰਹੀ ਓਹੋ ਮੈਨੂੰ ਮੈਂ ਤਾਂ ਹੀ ਕਿਹਾ ਮੈਂ ਭਿੱਜ ਕਿਉਂ ਗਿਆ ਬਸ ਫਿਰ ਗਰਮੀ ਸੀ ਨਾ ਬਹੁਤ ਜ਼ਿਆਦਾ ਅੱਛਾ ਗਰਮੀ ਨਾਲ ਭਿੱਜ ਜਾਂਦਾ ਹਾਂਜੀ ਬਾਈ ਜੀ ਕਿਵੇਂ ਹੋ ਠੀਕ ਹੋ ਸਿਹਤਾਂ ਸੁਹਤਾਂ ਕੀ ਕੰਮ ਕਰਦੇ ਹੋ ਆਹ ਦੇਖੋ ਕਰਿਆਨੇ ਦੀ ਦੁਕਾਨ ਅੱਛਾ ਕਰਿਆਨੇ ਦੀ ਆਪ ਹੀ ਖਾ ਲਿਆ ਕਰੋ ਕੁਛ ਆਪ ਕੀ ਖਾਈਏ ਖਾਂਦੇ ਤਾਂ ਰਹਿੰਦੇ ਲੱਗਦੇ ਹੀ ਨਹੀਂ ਲੱਗਦਾ ਹੀ ਨਹੀਂ ਅੱਛਾ ਮੈਨੂੰ ਦਿਓ 3-4 ਪੈਕਟ ਜੇ ਵੇਖੀ ਕਿਵੇਂ ਲੱਗਦਾ ਕੋਈ ਮਰਜ਼ੀ ਲੈ ਲਓ ਪੈਸਿਆਂ ਨਾਲ ਨਾ ਨਾ ਤੁਸੀਂ ਦੱਸੋ ਕੀ ਖਾਣਾ ਅੱਛਾ ਫ੍ਰੀ ਪਿੰਡ ਚੱਲ ਕੇ ਆਏ ਹੋ ਅੱਛਾ ਫ੍ਰੀ ਹਾਂ ਫ੍ਰੀ ਹੀ ਖਾਏਂਗੇ ਕੀ ਬਾਤ ਆ ਚਲੋ ਜਾਂਦੇ ਰਹੋ ਤੁਹਾਡਾ ਪਿਆਰ ਹੀ ਬਹੁਤ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਇੱਥੇ ਕਿਵੇਂ ਜੁੜੀਆਂ ਬੈਠੀਆਂ ਸਾਰੀਆਂ ਬੀਬੀਆਂ ਪਿੰਗਾ ਪਾਉਣ ਨੂੰ ਜੁੜੀਆਂ ਤਾਂ ਪਿੰਗਾ ਹਾਂਜੀ ਜੀ ਅੱਛਾ ਲੱਗੀਆਂ ਅੱਛਾ ਪਿੰਗਾ ਪਾਉਣ ਲੱਗੀਆਂ ਜੀ ਕੀ ਬਾਤ ਫਿਰ ਤਾਂ ਮਾਲ ਮੂਰੇ ਬਣ ਗਏ ਤੁਹਾਡੇ ਘਰਾਂ 'ਚ ਹਾਂਜੀ ਹਾਂ ਕਿਉਂਕਿ ਸੌਣ ਮਹੀਨਾ ਆ ਗਿਆ ਨਾ ਹਾਂਜੀ ਕਦੋਂ ਬਣਾਉਣੇ ਬਣਾਏ ਆ ਕਿ ਮੈਂ ਫਿਰ ਖਾ ਕੇ ਜਾਵਾਂ ਜਿਵੇਂ ਬਾਰਿਸ਼ ਹੋਊਗੀ ਉਦੋਂ ਬਣਾਉਣਾ ਅੱਛਾ ਜਦੋਂ ਬਾਰਿਸ਼ ਹੋਊਗੀ ਉਦੋਂ ਬਣਾਉਣਾ ਫਿਰ ਮਤਲਬ ਮੈਨੂੰ ਵੇਟ ਕਰਨੀ ਪਊਗੀ ਇੱਥੇ ਬਹਿ ਕੇ ਪਿੰਡ 'ਚ ਵੀ ਮੀਂਹ ਪਵੇ ਫਿਰ ਮੈਂ ਜਾਵਾਂ ਵੀ ਜੇ ਮੁੰਡਾ ਬਾਹਰੋਂ ਆਇਆ ਖਵਾ ਦਿਓ ਚੱਲ ਜੀ ਇਹ ਵੀ ਕਰ ਲਾਂਗੇ ਹੈ ਇਹ ਵੀ ਕਰ ਲਾਂਗੇ ਬਣਾਏ ਨਹੀਂ ਤੁਸੀਂ ਪੀਂਗਾ ਪਾਉਣ ਆ ਗਏ ਨਹੀਂ ਨਹੀਂ ਵਜੇ ਨਹੀਂ ਜਾ ਕੇ ਬਣਾਵਾਂਗੇ ਜਾ ਕੇ ਬਣਾਉਣਾ ਅੱਛਾ ਬਾਅਦ 'ਚ ਬਣਾਉਣਾ ਅੱਛਾ ਆਂਟੀ ਸਪੈਸ਼ਲ ਬੋਲੀਆਂ ਹੁੰਦੀਆਂ ਨੇ ਸਾਉਣ ਦੇ ਮਹੀਨਿਆਂ 'ਚ ਆਉਂਦੀਆਂ ਨਹੀਂ ਆਉਂਦੀਆਂ ਨਹੀਂ ਸਾਉਣ ਦੀ ਕੋਈ ਨਹੀਂ ਬੋਲੀ ਨਹੀਂ ਆਉਂਦੀ ਹੈ ਆਉਂਦੀਆਂ ਕਿਸੇ ਨੂੰ ਵੀ ਨਹੀਂ ਆਉਂਦੀ ਪਿੰਡ 'ਚ ਸਾਰੇ ਪਿੰਡ 'ਚ ਨਹੀਂ ਆਉਂਦੀ ਸਾਉਣ ਦੀ ਕਿਹਨੂੰ ਆਉਂਦੀਆਂ ਅੱਛਾ ਪੁਰਾਣੀਆਂ ਬੁੜੀਆਂ ਨੇ ਨਵੀਆਂ ਨੇ ਅੱਛਾ ਬੰਦਾ ਹਰੇਕ ਬੰਦਾ ਹੀ ਚਾਹੇ ਉਹ ਔਰਤ ਹੈ ਚਾਹੇ ਉਹ ਮਰਦ ਹੈ ਉਮਰ ਆਪਣੀ ਕਿਉਂ ਲਗਾਉਂਦਾ ਦੇਖ ਲਓ ਕਹਿੰਦੇ ਪੁਰਾਣੀਆਂ ਬੁੜੀਆਂ ਨਾ ਆਉਂਦੀਆਂ ਮੇਰੀ ਤਾਂ ਮੰਨਿਓ ਮੈਂ ਤਾਂ 23 ਸਾਲ ਦਾ ਮੈਂ ਹੀ ਨਵਿਆਂ 'ਚ ਤੁਸੀਂ ਤਾਂ ਪੁਰਾਣੇ 'ਚ ਹੋ ਗਏ ਹੋ ਸੌਣ ਦਾ ਮਹੀਨਾ ਚੋਵੇ ਮੱਥੇ ਤੇ ਪਸੀਨਾ ਕਾਤੋ ਧੁੱਪ ਧੁੱਪ ਲਾਈ ਆ ਕਾਣ ਛਤਰੀ ਵੇ ਜਿਹੜੀ ਲੰਦਨ ਮੰਗਾਈ ਆ ਕਾਣ ਛਤਰੀ ਵੇ ਜਿਹੜੀ ਲੰਦਨ ਮੰਗਾਈ ਆ ਬਸ ਆਵੇ ਕੋਰਸ ਤੇ ਠੀਕ ਹੈ ਬੇਬੇ ਅੱਛਾ ਊ ਨਹੀਂ ਬੋਲੀ ਆਉਂਦੀ ਨਹੀਂ ਨਹੀਂ ਕੋਰਸ ਤਾਂ ਵਧੀਆ ਬੋਲਦੇ ਸੀ ਨਾ ਆ ਪਰਸ ਲੈ ਕੇ ਚਲੀ ਕਿੱਥੇ ਨਹੀਂ ਜੀ ਆਈ ਸੀਗੀ ਆਏ ਸੀ ਕਿੱਥੋਂ ਕਾਲਜ ਅੱਛਾ ਕਾਲਜ ਆਈ ਹੈ ਆ ਪਰਸ ਆ ਕਿਤਾਬਾਂ ਕਿੱਥੇ ਐਡਮਿਸ਼ਨ ਕਰਾ ਕੇ ਆਈ ਸੀ ਅੱਛਾ ਐਡਮਿਸ਼ਨ ਕਰਾ ਕੇ ਆ ਐਡਮਿਸ਼ਨ ਵਾਲਾ ਫਾਰਮ ਫੀਸ ਭਰਾ ਕੇ ਵਿਖਾਓ ਭਲਾ ਬਸ ਇੰਨਾ ਕੁ ਹੁੰਦਾ ਫੀਸ ਭਰਾ ਕੇ ਆਈ ਸੀ ਕਿੰਨੇ ਫੀਸ 3500 ਰੁਪਿਆ ਇਹ ਪਾਪੇ ਤੋਂ ਲੈ ਕੇ ਮੰਮੀ ਤੋਂ ਸੱਚੀ ਦੱਸਣਾ ਮੰਮੀ ਤੋਂ
ਦੋਵਾਂ ਦੀਆਂ ਸਮਝੌਤਾ ਕੀਤਾ ਹੁੰਦਾ ਹੈ ਤੁਹਾਨੂੰ ਦੱਸ ਦੇਣੀ ਇੱਥੇ ਪੈ ਹੁੰਦੇ ਪੈਸੇ ਕਿੰਨੇ ਪੈਸੇ ਮਤਲਬ ਆਸ ਕਰਦੇ ਮੇਰੀ ਸੱਸ ਇੰਨੇ ਪੈਸੇ ਦੇਵੇ ਬਸ ਜੀ ਖੁਸ਼ ਰਹੀ ਅੱਛਾ ਖੁਸ਼ ਨਾ ਬਾਈ ਸ਼ਾਪਿੰਗ ਵਧੀਆ ਹੋ ਜਾਏ ਤੁਹਾਨੂੰ ਗਾਣਾ ਕਿਹਨੂੰ ਆਉਂਦਾ ਤੁਹਾਡੇ ਸਾਰਿਆਂ ਨੂੰ ਚੱਲ ਸੁਣਾਓ ਫਿਰ ਘੈਂਟ ਜਾ ਇਸ਼ਕਾਂ ਦੇ ਲੇਖੇ ਲੱਗ ਗਈ ਉਮਰਾਂ ਦੀ ਪੂੰਜੀ ਜੀ ਯਾਦਾਂ ਦੇ ਰਾਹ ਸੁਲਤਾਨੀ ਜਾਣੇ ਉਹ ਹੁੰਜੀ ਜੀ ਜੋਬਨ ਦੀ ਉਮਰ ਬੀਤ ਗਈ ਦਿਲ ਵਰਲੇ ਮੰਦੇ ਜੀ ਅੱਜ ਤੱਕ ਨਾ ਗਲ ਚੋ ਨਿਕਲੇ ਜੁਲਫਾਂ ਦੇ ਫੰਦੇ ਜੀ ਜੁੰਡੇ ਜੀ ਅੱਛਾ ਚਲੋ ਚਲੋ ਅੱਗੇ ਸਹੇਲੀ ਤੋਂ ਐਸੇ ਦਿਲ ਕੇ ਮੁੜ ਕੇ ਨਾ ਖੜ ਹੋਇਆ ਸਜਣਾ ਦੇ ਨਾਮ ਬਿਨਾ ਕੁਝ ਸਾਥੋਂ ਨਾ ਪੜ ਹੋਇਆ ਗੀਤਾਂ ਦੇ ਨਾ ਸਿਰ ਨਾਮੇ ਹਾਏ ਤੇਰੀ ਵੰਗ ਵਰਗੇ ਸੀ ਜਿਹੜੇ ਵੀ ਦਿਨ ਚੜਦੇ ਸੀ ਸਜਣਾ ਦੇ ਰੰਗ ਵਰਗੇ ਸੀ ਕਾਲੇ ਤੇਰੇ ਦਿਲ ਦਾ ਕਿੱਸਾ ਸਜਣਾ ਵੇ ਦੱਸੀਏ ਕਿਹਨੂੰ ਕਿੱਦਾਂ ਕੋਈ ਭੁੱਲ ਸਕਦਾ ਏ ਬਸ ਬਸ ਹੋ ਗਈਆਂ ਪਾਸ ਹੋ ਗਈਆਂ ਮੈਂ ਤੁਹਾਡੇ ਪਿੰਡ ਦੇ ਸਰਪੰਚ ਨੂੰ ਕਹਿ ਕੇ ਜਾਣਾ ਪੰਚਾਇਤ ਵੱਲੋਂ ਪੈਸੇ ਦੇ ਕੇ ਕੁੜੀਆਂ ਦੀ ਕੈਸਟ ਕਰਾ ਦਿਓ ਠੀਕ ਹੈ ਦੇਸੀ ਪੰਜਾਬ ਮੇਰਾ ਦੇਸੀ ਪੰਜਾਬ ਲਓ ਜੀ ਦੇਸੀ ਪੰਜਾਬ ਦੀ ਦੇਸੀ ਸੱਸ ਲਗਾ ਦਿੱਤੀ ਹੈ ਪਿੰਡ ਭੜੀ ਦੇ ਵਿੱਚ ਅਤੇ ਅੱਜ ਇਸ ਮਹਿਫਲ ਵਿੱਚ ਰੰਗ ਭਰ ਲਈ ਸਾਡੇ ਕੋਲ ਪਹੁੰਚੇ ਨੇ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਨਿਸ਼ਾਨ ਭੁੱਲਰ ਨਿਸ਼ਾਨ ਭੁੱਲਰ ਜੀ ਸਭ ਤੋਂ ਪਹਿਲਾਂ ਤਾਂ ਦੇਸੀ ਪੰਜਾਬ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਸਤਿਕਾਰ ਦਿੱਤਾ ਹੈ ਜੀ ਦੇਸੀ ਪੰਜਾਬ ਦਾ ਔਰ ਸਾਰੇ ਭੜੀ ਪਿੰਡ ਵਾਲਿਆਂ ਦਾ ਸਰਪੰਚ ਸਾਹਿਬ ਥੈਂਕ ਯੂ ਸੋ ਮੱਚ ਨਿਸ਼ਾਨ ਜੀ ਸਭ ਤੋਂ ਪਹਿਲਾਂ ਸਰਸਰੀ ਦੀ ਝਾਲ ਮਾਰਦੇ ਹਾਂ ਤੁਹਾਡੇ ਜੀਵਨ 'ਤੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਔਰ ਇਸ ਲਾਈਨ ਵਿੱਚ ਕਿਵੇਂ ਆ ਗਏ ਮੈਂ ਹਨੂੰਮਾਨਗੜ੍ਹ ਰਾਜਸਥਾਨ ਤੋਂ ਬਿਲੋਂਗ ਕਰਦਾ ਰਾਜਸਥਾਨ ਦਾ ਮੁੰਡਾ ਪੰਜਾਬ 'ਚ ਆ ਕੇ ਛਾ ਗਿਆ ਨਹੀਂ ਹੈਗੇ ਤਾਂ ਪੰਜਾਬੀ ਹੋਈ ਹੈ ਨਾ ਨਹੀਂ ਹੈ ਤਾਂ ਪੰਜਾਬ ਅਤੇ ਉਹ ਵੀ ਇੱਕ ਤਰ੍ਹਾਂ ਦਾ ਮਿੰਨੀ ਪੰਜਾਬ ਹੀ ਹੈ ਰਾਜਸਥਾਨ ਗੰਗਾਨਗਰ ਹਨੂੰਮਾਨਗੜ੍ਹ ਜਿਹੜਾ ਏਰੀਆ ਉੱਥੇ ਮਤਲਬ ਬਹੁਤ ਸਾਰੇ ਪੰਜਾਬੀ ਨੇ ਅਤੇ ਬਸ ਫਿਰ ਗਾਉਣਾ ਤਾਂ ਕਲਾ ਦਾ ਸ਼ੌਕ ਹੈ ਸ਼ੌਕ ਦਾ ਹੈ ਜੀ ਹਾਂਜੀ ਅਤੇ ਤੁਹਾਨੂੰ ਵੀ ਪਤਾ ਇਹ ਤੁਹਾਨੂੰ ਵੀ ਬਹੁਤ ਬਹੁਤ ਚਿਰ ਦਾ ਲੱਗਿਆ ਹੋਇਆ ਇੱਕ ਸ਼ੌਕ ਕੀੜਾ ਕਹਿ ਲਓ ਜੋ ਮਰਜ਼ੀ ਕਹਿ ਲਓ ਅਤੇ ਬਸ ਉਹ ਸ਼ੌਕ ਕਿੱਤਾ ਬਣਨੇ ਪ੍ਰੇਰਨਾ ਸਰੋਤ ਕੌਣ ਬਣਿਆ ਕਿਹੜਾ ਹਨੂੰਮਾਨਗੜ੍ਹ ਤੋਂ ਸੀਗਾ ਜਿਹੜਾ ਬਾਂਹ ਫੜ ਕੇ ਉਹਨਾਂ ਨੇ ਪੰਜਾਬ 'ਚ ਲਿਆਂਦਾ ਔਰ ਤੁਹਾਨੂੰ ਇਸ ਲਾਈਨ 'ਚ ਤੋਰਤਾ ਬੇਸਿਕਲੀ ਮੈਂ ਬਚਪਨ ਤੋਂ ਹੀ ਮੈਂ ਬਣਨਾ ਚਾਹੁੰਦਾ ਸੀਗਾ ਵੀ ਮੇਰੀ ਰੂਹ ਸੀ ਕਿਵੇਂ ਮੈਂ ਗਾਉਣਾ ਹੀ ਗਾਉਣਾ ਹੁਣ ਰਿਜ਼ਲਟ ਨਤੀਜੇ ਜੋ ਮਰਜ਼ੀ ਆਉਣ ਜੋ ਚੰਗੇ ਆਉਣ ਮਾੜੇ ਆਉਣ ਪਰ ਮੈਂ ਗਾਉਣਾ ਅਤੇ ਉਹਦੇ 'ਚ ਮਤਲਬ ਬਹੁਤ ਸਾਰੇ ਲੋਕਾਂ ਦਾ ਹੱਥ ਸੀਗਾ ਮੇਰੇ ਮਾਮਾ ਜੀ ਸਭ ਤੋਂ ਪਹਿਲੀ ਵਾਰੀ ਮੈਨੂੰ ਬਠਿੰਡੇ ਲੈ ਕੇ ਆਏ ਉਹਨਾਂ ਨੇ ਮੈਨੂੰ ਉੱਥੇ ਸਿੱਖਣ ਲਾਇਆ ਕਿਤੇ ਅਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਇੱਕ ਰਾਮਪੁਰੇ ਕੋਲ ਪਿੰਡ ਹੈ ਭਾਈ ਰੂਪਾ ਉੱਥੇ ਢਾਡੀ ਜਥਾ ਹੈ ਬਲਜਿੰਦਰ ਸਿੰਘ ਬਗੀਚਾ ਬਾਈ ਚਮਕੌਰ ਸਿੰਘ ਭਾਈ ਰੂਪਾ ਉਹ ਮੇਰੇ ਉਸਤਾਦ ਜੀ ਨੇ ਉਹਨਾਂ ਤੋਂ ਮੈਂ ਸਿੱਖਿਆ ਉਹਨਾਂ ਕੋਲ ਸਿੱਖਿਆ ਬਸ ਉਸ ਤੋਂ ਬਾਅਦ ਫਿਰ ਚੱਲ ਫਿਰ ਸਬੱਬ ਬਣਿਆ ਔਰ ਫਿਰ ਮਤਲਬ ਤੁਹਾਡੇ ਵਰਗੇ ਦੋਸਤਾਂ ਦਾ ਇਹੋ ਯੋਗ ਇਸ ਗੱਲੋਂ ਬਹੁਤ ਤੁਸੀਂ ਲੱਕੀ ਹੋ ਕਿ ਤੁਹਾਡੀ ਐਂਟਰੀ ਜਿਹੜੀ ਹੈ ਹਨੀ ਸਿੰਘ ਹੋਰਾਂ ਨਾਲ ਹੀ ਹੈ ਯੋ ਹਨੀ ਸਿੰਘ ਹੋਰਾਂ ਉਹਨਾਂ ਨੇ ਐਂਟਰੀ ਕਰਾਈ ਔਰ ਸਭ ਤੋਂ ਪਹਿਲਾਂ ਜਿਹੜਾ ਉਹ ਮਸ਼ਹੂਰ ਤੁਹਾਡਾ ਗਾਣਾ ਹੋਇਆ ਸੀ ਅਸੀਂ ਚਾਹੁੰਦੇ ਹਾਂ ਕਿ ਸੁਣੀਏ ਵੀ ਉਹੀ ਤੇਰੀ ਫੋਟੋ ਕਿਉਂ ਨਹੀਂ ਪਾਕਿਸਤਾਨ ਲੱਗਦੀ ਨੋਟਾਂ ਉਹੀ ਸਾਨੂੰ ਗੱਲ ਸੁਣ ਭਗਤ ਸਿੰਘ ਸਰਦਾਰਾ ਜ਼ੁਲਮ ਨਾਲ ਲੜਨਾ ਪਊ ਦੁਬਾਰਾ ਮਾਰ ਚੌਂਕੜਾ ਚੋਰ ਨੇ ਬਹਿ ਗਏ ਸਾਡੀਆਂ ਵੋਟਾਂ ਤੇ ਤੇਰੀ ਫੋਟੋ ਕਿਉਂ ਨਹੀਂ ਭਗਤ ਸਿਆਂ ਲੱਗਦੀ ਨੋਟਾਂ ਤੇ ਹਾਂ ਤੇਰੀ ਫੋਟੋ ਕਿਉਂ ਨਹੀਂ ਭਗਤ ਸਿਆਂ ਲੱਗਦੀ ਨੋਟਾਂ ਤੇ ਵਾਰੀ ਬਨ ਕੇ ਆਉਂਦੇ ਵੋਟਾਂ ਦੀ ਹੱਟ ਪੈ ਜਾਂਦੀ ਡਰ ਕਾਵਾਂ ਦੀ ਘੁੱਗੀਆਂ ਦੇ ਆਂਡੇ ਹੀ ਲੈ ਜਾਂਦੀ ਓ ਡਰ ਕਾਵਾਂ ਦੀ ਘੁੱਗੀਆਂ ਦੇ ਆਂਡੇ ਹੀ ਲੈ ਜਾਂਦੀ
ਕਿਹੜਾ ਮਲਮ ਲਾਵੇ ਹੁਣ ਆਪਣਿਆਂ ਦੀਆਂ ਚੋਟਾਂ ਤੇ ਤੇਰੀ ਫੋਟੋ ਕਿਉਂ ਨੀ ਭਗਤ ਸਿਆਂ ਲੱਗਦੀ ਨੋਟਾਂ ਤੇ ਤੇਰੀ ਫੋਟੋ ਕਿਉਂ ਨੀ ਭਗਤ ਸਿਆਂ ਲੱਗਦੀ ਨੋਟਾਂ ਤੇ ਕੀ ਸੁਣਨਾ ਸੌਂਗ ਸੁਣਨਾ ਜੀ ਭਾਜੀ ਦਾ ਸੋਹਣੀ ਲੱਗਦੀ ਕਿਹੜੀ ਆ ਉਹ ਮੈਨੂੰ ਦੱਸੋ ਨਾ ਮੈਂ ਫਿਰ ਸੁਣ ਸਿਰੋਂ ਲੈ ਕੇ ਪੈਰਾਂ ਤੱਕ ਤੇਰਾ ਹੋ ਗਿਆ ਸਿਰੋਂ ਲੈ ਕੇ ਪੈਰਾਂ ਤੱਕ ਤੇਰਾ ਹੋ ਗਿਆ ਹੋਰ ਕੋਈ ਮਿੱਤਰਾਂ ਨੂੰ ਮੋਹ ਨਹੀਂ ਸਕਦੀ ਪੁੱਛਣਾ ਕਿੰਨੀ ਕੁ ਸੋਹਣੀ ਲੱਗਦੀ ਆ ਤੂੰ ਜੱਟ ਦੀ ਪਸੰਦ ਮਾੜੀ ਹੋ ਨਹੀਂ ਸਕਦੀ ਪੁੱਛਣਾ ਕਿੰਨੀ ਕੁ ਸੋਹਣੀ ਲੱਗਦੀ ਆ ਤੂੰ ਜੱਟ ਦੀ ਪਸੰਦ ਮਾੜੀ ਹੋ ਨਹੀਂ ਸਕਦੀ ਨੈਣ ਨਕਸ਼ ਰੰਗ ਰੂਪ ਦੀਆਂ ਪੂਰੀ ਨੀ ਤੂੰ ਗੁੱਥਲੀ ਗੁਣਾਂ ਦੀ ਜਾਨੇ ਮੇਰੀਏ ਮੇਰੇ ਲਈ ਸ਼ਕੀਨੀਆਂ ਦੀ ਲੋੜ ਨਾ ਕੋਈ ਤੈਨੂੰ ਉਹ ਬਿੱਲੋ ਮੈਨੂੰ ਤੇਰੀ ਸਾਦਗੀ ਬਥੇਰੀ ਏ ਉਹ ਲੱਖ ਲੱਖ ਹੋਣ ਭਾਵੇਂ ਫੁਲਕਾਰੀਆਂ ਲੱਖ ਲੱਖ ਹੋਣ ਭਾਵੇਂ ਫੁਲਕਾਰੀਆਂ ਲੋੜਿਆਂ ਦਾ ਹੁਸਨ ਲਖੋ ਨਹੀਂ ਸਕਦੀ ਪੁੱਛਣਾ ਕਿੰਨੀ ਕੁ ਸੋਹਣੀ ਲੱਗਦੀ ਆ ਤੂੰ ਜੱਟ ਦੀ ਪਸੰਦ ਮਾੜੀ ਹੋ ਨਹੀਂ ਸਕਦੀ ਪੁੱਛਣਾ ਕਿੰਨੀ ਕੁ ਸੋਹਣੀ ਲੱਗਦੀ ਆ ਤੂੰ ਜੱਟ ਦੀ ਪਸੰਦ ਮਾੜੀ ਹੋ ਨਹੀਂ ਸਕਦੀ ਕਿਹੜਾ ਗਾਣਾ ਸੁਣ ਚੱਲ ਤੋੜੀ ਦਿੰਦੇ ਹਾਂ ਜੀ ਸੈਡ ਸੌਂਗ ਕਿੰਨੀਆਂ ਕੁ ਨੇ ਵੈਸੇ ਅਸੀਂ ਤੱਕ ਕੋਈ ਨਹੀਂ ਫਿਰ ਕਿਹਦੇ ਨਾਲ ਤੋੜਨੀ ਨਾ ਵੈਸੇ ਸੌਂਗ ਵਧੀਆ ਲੱਗਦਾ ਹੈ ਵੈਸੇ ਸੋਹਣੀ ਨਿਤ ਨਿਤ ਦਾ ਲੜ ਲੜ ਕੇ ਤੇਰੀ ਬਾਂਹ ਫੜ ਫੜ ਕੇ ਹੱਥ ਜੋੜ ਜੋੜ ਕੇ ਤੈਨੂੰ ਮੋੜ ਮੋੜ ਕੇ ਹੁਣ ਅੱਕ ਗਈਆਂ ਮੈਂ ਚੱਲ ਤੋੜ ਹੀ ਦਿੰਦੇ ਆ ਇੱਦਾਂ ਨਿਤ ਟੁੱਟ ਟੁੱਟ ਕੇ ਹੁਣ ਥੱਕ ਗਈਆਂ ਮੈਂ ਹੁਣ ਥੱਕ ਗਈਆਂ ਮੈਂ ਚੱਲ ਤੋੜ ਹੀ ਦਿੰਦੇ ਆ ਇੱਦਾਂ ਨਿਤ ਟੁੱਟ ਟੁੱਟ ਕੇ ਹੁਣ ਥੱਕ ਗਈਆਂ ਮੈਂ ਹੁਣ ਥੱਕ ਗਈਆਂ ਮੈਂ ਬਾਈ ਜੀ ਕੀ ਮਿੱਤਰਾਂ ਦੀ ਹਾਂ ਲੱਗ ਗਈ ਆਪਾਂ ਨੂੰ ਮੁੱਕਰ ਗਿਆ ਨਾ ਸਾਡੀ ਭਰਜਾਈ ਬੈਠੀ ਹਾਂਜੀ ਨੀ ਮਿੱਤਰਾਂ ਦੀ ਹਾਂ ਲੱਗ ਜੇ ਨੀ ਮਿੱਤਰਾਂ ਦੀ ਹਾਂ ਲੱਗ ਜੇ ਕਿਤੇ ਤੇਰਾ ਵੀ ਤਾਂ ਨਿਕਲੇ ਦਵਾਲਾ ਨੀ ਮੈਂ ਤਾਂ ਕਹਿਣਾ ਰੱਬ ਕਰਕੇ ਤੇਰਾ ਅਮਲੀ ਹੋਵੇ ਘਰ ਵਾਲਾ ਨੀ ਮਿੱਤਰਾਂ ਦੀ ਹਾਂ ਲੱਗ ਜੇ ਕੁੜੀ ਕਹਿੰਦੀ ਹੈ ਡਿਊਟ ਹੈ ਅੰਮ੍ਰਿਤ ਨਾਲ ਆਇਆ ਵੇ ਇਹੋ ਜਿਹੀਆਂ ਰੱਬ ਨਾ ਸੁਣੇ ਟੁੱਟ ਪੈਣਿਆ ਨਾ ਫੇਰ ਐਵੇਂ ਮਾਲਾ ਵੇਖੀ ਜਾਈ ਗੱਲਾਂ ਹੁੰਦੀਆਂ ਮੁੰਡਾ ਰੱਜ ਕੇ ਸ਼ਕੀਨ ਹੋਊ ਬਾਲਾ ਇਹੋ ਜਿਹੀਆਂ ਰੱਬ ਨਾ ਸੁਣੇ ਥੈਂਕ ਯੂ ਭਗਵਾਨ ਸਾਹਿਬ ਬੈਠੇ ਹੋ ਕਿਹੜਾ ਗਾਣਾ ਸੁਣਾ ਅਸੀਂ ਤਾਂ ਜੀ ਸਰਪੰਚ ਵਾਲਾ ਹੀ ਸੁਣਾਂਗੇ ਉਹ ਕੰਮ ਕੱਢਣੇ ਨੇ ਦੋ ਨੀ ਤਾਰੇ ਦਿਲ ਵਿੱਚ ਜੋ ਉਹ ਕੰਮ ਕੱਢਣੇ ਨੇ ਦੋ ਤਾਰੇ ਦਿਲ ਵਿੱਚ ਜੋ ਰੱਖੇ ਬਾਬਾ ਸੁੱਖ ਬਸ ਜੀਣ ਜੋਗੀਏ ਨੀ ਉਂਝ ਜੱਗ ਦਾ ਖੌਫ ਨਾ ਖਾਵਾਂ ਇੱਕ ਲੈਣੀ ਬਿੱਲੋ ਸਰਪੰਚੀ ਪਿੰਡ ਦੀ ਨੀ ਦੂਜਾ ਤੇਰੇ ਨਾਲ ਲੈਣੀਆਂ ਲਾਵਾਂ ਇੱਕ ਲੈਣੀ ਬਿੱਲੋ ਸਰਪੰਚੀ ਪਿੰਡ ਦੀ ਨੀ ਦੂਜਾ ਤੇਰੇ ਨਾਲ ਲੈਣੀਆਂ ਲਾਵਾਂ ਹਾਂਜੀ ਬਾਈ ਕੀ ਸੁਣੋ ਵੀਰੇ ਯਾਰਾਂ ਦੇ ਸਿਰਾਂ ਤੇ ਸੁਣਾ ਦੇ ਆਪਣੇ ਯਾਰ ਖੜੇ ਆ ਸਾਰੇ ਇਹਨੂੰ ਕਰਦੇ ਕੁਝ ਬਾਈ ਯਾਰ ਹੋ ਯਾਰਾਂ ਨਾਲ ਮੁੱਛ ਖੜਦੀ ਐ ਯਾਰ ਦੀ ਕੱਲਿਆਂ ਜੇ ਆਉਣਾ ਤਾਂ ਜਵਾਨੀ ਗਾਲਣੀ ਕਾਰਾਂ ਚ ਸਪੀਕਰਾਂ ਦੀ ਆਵਾਜ਼ ਚੱਕ ਕੇ ਘੁੰਮਦੇ ਦੁਨਾਲੀ ਪੱਟਾਂ ਉੱਤੇ ਰੱਖ ਕੇ ਸੜਕਾਂ ਤੇ ਫਿਰਦੇ ਸਵਾਦ ਕੁੱਟਦੇ ਉਹ ਟਾਈਮ ਨਹੀਂ ਉਹ ਚੱਕਦੇ ਯਾਰਾਂ ਦੇ ਜ਼ਿਰਾਂ ਦੇ ਉੱਤੇ ਯਾਰਾਂ ਦੇ ਫਿਰਦੇ ਆ ਨੱਚਦੇ ਉਹ ਵੈਰੀ ਰਹਿਣ ਮੱਚਦੇ ਯਾਰਾਂ ਦੇ ਜ਼ਿਰਾਂ ਤੇ ਫਿਰਦੇ ਆ ਨੱਚਦੇ ਉਹ ਵੈਰੀ ਰਹਿਣ ਮੱਚਦੇ ਕਾਦਾ ਹੱਥ ਚੁੱਕਣਾ ਗਰੀਬ ਬੰਦੇ ਤੇ ਮਾਰਿਆ ਨੀ ਫੈਰ ਕਦੇ ਟਾਈਮ ਲੰਘੇ ਤੇ ਆਉਣ ਦੀ ਸਪੋਰਟ ਫੈਸਲਾ ਵਿਚਾਰ ਦੇ ਧਮਕੀ ਕਦੇ ਵੀ ਫੋਨ ਤੇ ਨੀ ਮਾਰਦੇ ਝੂਠੇ ਬੰਦੇ ਨਾਲ ਰੱਖਦੇ ਨੀ ਯਾਰੀਆਂ ਪੈਰੋਕਾਰ ਸੱਚ ਦੇ ਯਾਰਾਂ ਦੇ ਜ਼ਿਰਾਂ ਦੇ ਉੱਤੇ ਯਾਰਾਂ ਦੇ ਜ਼ਿਰਾਂ ਦੇ ਫਿਰਦੇ ਆ ਨੱਚਦੇ ਉਹ ਵੈਰੀ ਰਹਿਣ ਮੱਚਦੇ ਕਿਹੜਾ ਗਾਣਾ ਸੁਣਨਾ ਜੀ ਸ਼ੀਸ਼ ਮਹਿਲ ਦਾ ਸ਼ੀਸ਼ ਮਹਿਲ ਦਾ ਡਿੱਗ ਪਈ ਨੀ ਗੋਰੀ ਸ਼ੀਸ਼ ਮਹਿਲ ਤੋਂ ਡਿੱਗ ਪਈ ਨੀ ਗੋਰੀ ਸ਼ੀਸ਼ ਮਹਿਲ ਤੋਂ ਪਾ ਦਿਓ ਨੀ ਮੇਰੇ
ਮਾਈਏ ਜੀ ਨੂੰ ਚਿੱਠੀਆਂ ਆ ਦਿਓ ਨੀ ਮੇਰੇ ਮਾਈਏ ਜੀ ਨੂੰ ਚਿੱਠੀਆਂ ਲੈ ਲਈਆਂ ਜੀ ਮਾਈਏ ਸਾਹਿਬ ਕੋਲੋਂ ਛੁੱਟੀਆਂ ਲੈ ਲਈਆਂ ਨੀ ਮਾਈਏ ਸਾਹਿਬ ਕੋਲੋਂ ਛੁੱਟੀਆਂ ਲੈ ਲਈਆਂ ਜੀ ਮਾਈਏ ਸਾਹਿਬ ਕੋਲੋਂ ਛੁੱਟੀਆਂ ਲੈ ਲਈਆਂ ਨੀ ਮਾਈਏ ਸਾਹਿਬ ਕੋਲੋਂ ਛੁੱਟੀਆਂ ਆ ਗਿਆ ਨੀ ਮਾਈਏ ਬਾਰਾਂ ਵਾਲੀ ਗੱਡੀ ਤੇ 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 ਆਉਂਦੇ ਨੇ ਮਾਰੀ ਬਾਜ ਬੂਹੇ ਅੱਗੇ ਮਾਰੀਆ ਆਉਂਦੇ ਨੇ ਬਾਜ ਬੂਹੇ ਅੱਗੇ ਮਾਰੀਆ ਆਉਂਦੇ ਨੇ ਬਾਜ ਬੂਹੇ ਅੱਗੇ ਮਾਰੀਆ ਆਉਂਦੇ ਨੇ ਬਾਜ ਬੂਹੇ ਅੱਗੇ ਮਾਰੀਆ ਦੱਸਦੇ ਨੀ ਗੋਰੀ ਰੋਗ ਦਿਲਾਂ ਦੇ 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 ਟੁੱਟ ਗਏ ਜੀ ਸਾਰੇ 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 ਰੋਗ ਦਿਲਾਂ ਦੇ ਮੈਨੂੰ ਲੱਗਦਾ ਆਪਾਂ ਮਗਰ ਕੋਰਸ ਤੇ ਹੋ ਗਏ ਸੀ। ਹਾਂਜੀ ਭਾਜੀ ਹਮਰ ਗਾਣਾ ਹਮਰ ਕੋਠੀ ਰੋਡ ਉੱਤੇ ਭਾਈ ਗੱਡੀ ਹਮਰ ਕਢਾਈ ਚੁੱਕਿਆ ਸੀ ਕਰਜ਼ਾ ਜ਼ਮੀਨ ਗਹਿਣੇ ਪਾ ਕੇ ਮੋੜ ਦਿੱਤਾ ਜਿਆ ਨਾ ਨਾ ਕਰਕੇ ਕੀਤੀਆਂ ਨੇ ਮਿਹਨਤਾਂ ਨੀ ਪੁੱਤ ਜੱਟ ਦੇ ਨੇ ਵੇਖਦਾ ਏ ਤਾਈਓ ਸਾਰਾ ਪਿੰਡ ਖੜਕੇ। ਲਓ ਜੀ ਦੇਸੀ ਪੰਜਾਬ ਦੀ ਦੇਸੀ ਸੱਸ ਲੱਗੀ ਸੀ ਪਿੰਡ ਭੜੀ ਦੇ ਵਿੱਚ ਤੇ ਇੱਥੇ ਹੁੰਦੀ ਹੈ ਸਮਾਪਤ। ਬਾਈ ਨਿਸ਼ਾਨ ਪੁੱਲਰ ਸਵਾਦ ਆ ਗਏ ਆ ਮੇਰੇ ਵੱਲੋਂ ਦੇਸੀ ਪੰਜਾਬ ਦੀ ਸਾਰੀ ਟੀਮ ਦਾ ਤੇ ਪਿੰਡ ਭੜੀ ਦੇ ਸਾਰੇ ਪਿੰਡ ਵਾਸੀਆਂ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿਕਾਰ ਸਰ ਸਤਿ ਸ਼੍ਰੀ ਅਕਾਲ। ਲਓ ਜੀ ਅਗਲੀ ਵਾਰ ਕਿਸੇ ਹੋਰ ਪਿੰਡ ਵਿੱਚ ਮਿਲਾਂਗੇ ਕਿਸੇ ਹੋਰ ਗਾਇਕ ਗਾਇਕਾ ਜਾਂ ਕਿਸੇ ਮਹਾਨ ਹਸਤੀ ਦੇ ਤੁਹਾਨੂੰ ਰੂਬਰੂ ਕਰਾਵਾਂਗੇ। ਤਦ ਤੱਕ ਗੁਰਨਾਮ ਸਿੱਧੂ ਮੰਗਦਾ ਇਜਾਜ਼ਤ ਰੱਬ ਰੱਖ। ਸੱਸ ਮੇਰੀ ਨੇ ਮੁੰਡੇ ਜੰਮੇ ਸੱਤ ਸੱਸ ਮੇਰੀ ਨੇ ਮੁੰਡੇ ਜੰਮੇ ਸੱਤ ਫੇਰਾ ਮਾਰੀ ਆਈ ਪੰਜੀਰੀ ਸੱਤਵੀਂ ਵਾਰੀ ਬਸ ਬਰੇਕਾਂ ਹੁਣ ਲੱਗੀਆਂ ਮੇਰੀ ਸੱਸ ਬਰੇਕਾਂ ਹੁਣ ਲੱਗੀਆਂ। ਥੈਂਕ ਯੂ ਸੋ ਮਚ।